ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਬਾਅਦ ਵਿਵਾਦ ਵੱਧਦਾ ਜਾ ਰਿਹਾ ਹੈ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੁਪਰੀਮ ਕੋਰਟ ਨੇ ਦੋਨਾਂ ਸਿੱਟਾ ਉੱਪਰ ਰੋਕ ਲਗਾ ਦਿੱਤੀ ਬੇਸ਼ੱਕ ਕੇਂਦਰ ਨੇ ਪੰਜਾਬ ਦੇ ਅਧਿਕਾਰੀ ਤਲਬ ਕਰ ਦਿੱਤੇ ਪਰ ਸੁਪਰੀਮ ਕੋਰਟ 'ਚ ਮਾਮਲਾ ਜਾਣ ਤੋਂ ਬਾਅਦ ਹੁਣ ਡੀਜੀਪੀ ਚੰਡੀਗੜ੍ਹ ਕੋਲ ਵੀ ਜ਼ਿੰਮੇਵਾਰੀ ਹੈਗੀ ਐ ਤੇ ਹਾਈ ਕੋਰਟ ਦੇ ਉੱਪਰ ਵੀ ਵੱਡੀ ਜ਼ਿੰਮੇਵਾਰੀ ਹੈ ਫਤਿਹਜੰਗ ਬਾਜਵਾ ਭਾਜਪਾ ਦੇ ਆਗੂ ਸਾਡਾ ਨਮਜੂਦਾ ਕਾਦਿਆ ਤੋਂ ਵਿਧਾਇਕ ਨੇ ਗਲਤ ਬਾਤ ਕਰ ਲਿਆ ਬਾਜਵਾ ਸਾਹਿਬ ਵੱਡਾ ਸਵਾਲ ਭਾਜਪਾ ਇਸ ਨੂੰ ਕਾਂਗਰਸ ਪਾਰਟੀ ਉੱਪਰ ਸਿੱਟ ਰਹੀ ਹੈ ਤੇ ਕਾਂਗਰਸ ਕਹਿੰਦੀ ਹੈ ਕਿ ਭਾਜਪਾ ਰਾਜਨੀਤੀ ਕਰ ਰਹੀ ਹੈ ਕੱਟ ਨਹੀਂ ਹੋਇਆ ਸੀ ਤਾਂ ਕਰਕੇ ਸਭ ਕੁਝ ਹੋ ਰਿਹਾ ਬਹੁਤ ਵੱਧ ਭਾਗੀ ਗੱਲ ਹੈ ਵੀ ਆਪਣੀ ਕੋਤਾਈ ਨੂੰ ਤੁਸੀਂ ਕਿਸੇ ਤੇ ਇਹਦਾ ਇਲਜ਼ਾਮ ਲਾ ਕੇ ਗੱਲਾਂ ਕਰਦੇ ਹੋ ਮੈਂ ਸਮਝਦਾ ਵੀ ਪ੍ਰਾਈਮ ਮਿਨਿਸਟਰ ਜਦੋਂ ਤੁਹਾਡੀ ਸਟੇਟ ਜਾਂਦਾ ਹੈ ਔਰ ਜਦੋਂ ਉਹਨਾਂ ਨੇ 42000 ਕਰੋੜ ਦੇ ਪ੍ਰੋਜੈਕਟ ਅਨਾਉਂਸ ਕਰਕੇ ਜਾਣੇ ਸੀ ਉਹਦਾ ਨੁਕਸਾਨ ਕਿਨੂੰ ਹੋਇਆ ਪੰਜਾਬ ਦੇ ਲੋਕਾਂ ਨੂੰ ਇਹ ਕਾਂਗਰਸ ਵਾਲੇ ਜਿਹੜੀ ਕਾਮੇਡੀ ਸਰਕਸ ਵਾਲੇ ਨੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਇਹ 5 ਦਿਨ ਦੀ ਸਰਕਾਰ ਨੇ 2-3 ਦਿਨਾਂ ਚ ਚੋਣ ਜਾਬਤਾ ਲੱਗ ਜਾਣਾ ਇਹਨਾਂ ਦਾ ਕੰਮ ਖਤਮ ਪਰ ਜਿਹੜੀ ਹਰਕਤ ਇਹਨਾਂ ਦੇ ਵੇਲੇ ਹੋਈ ਹੈ ਇਹ ਕਦੀ ਵੀ ਮਿਸਾਲ ਹੈ ਅਜੇ ਤੱਕ ਹਿੰਦੁਸਤਾਨ ਦੀ ਕਦੀ ਵੀ ਹਿਸਟਰੀ ਚ ਇਸ ਕਿਸ ਤਰ੍ਹਾਂ ਦੀ ਸਿਕਿਉਰਿਟੀ ਲੈਪਸ ਨਹੀਂ ਹੋਇਆ ਹਿੰਦੂ ਸਿੱਖ ਇਕਤਾ ਦਾ ਮਜਸਮਾ ਹੁਸੈਨੀ ਵਾਲਾ ਜਿੱਥੇ ਰਾਜਗੁਰੂ ਸੁਖਦੇਵ ਸ਼ਹੀਦ ਭਗਤ ਸਿੰਘ ਨੇ ਹਿੰਦੂ ਸਿੱਖੇ ਇੱਕਤਾਨੂ ਰੱਖਿਆ ਹੋਇਆ ਦੇਸ਼ ਦੀ ਆਜ਼ਾਦੀ ਵਾਸਤੇ ਬਲੀਦਾਨ ਦਿੱਤਾ ਉੱਥੇ ਮੱਥਾ ਟੇਕ ਕੇ ਪ੍ਰਧਾਨ ਮੰਤਰੀ ਜੀ ਦਾ ਮੈਸੇਜ ਕੀ ਸੀ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਵੀ ਹਿੰਦੂ ਸਿੱਖ ਇਕਤਾ ਮਜ਼ਬੂਤ ਹੈ ਔਰ ਅਸੀਂ ਇਹੋ ਹੀ ਲੈ ਕੇ ਅੱਗੇ ਤੁਰਨਾ ਹੈ ਉਹਨਾਂ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਇੱਕ ਪੁਲ ਦੇ ਉੱਤੇ ਖੜਾ ਕਰਤਾ 20 ਮਿੰਟ ਪ੍ਰਧਾਨ ਮੰਤਰੀ ਪੁਲ ਤੇ ਖੜੇ ਰਹੇ 1 ਮੀਲ ਤੇ ਪਾਕਿਸਤਾਨ 1 ਮੀਲ ਤੇ ਹੈ ਇਹ ਨਹੀਂ ਬਹੁਤ ਦੂਰ ਹੈ ਔਰ ਜਿਸ ਕਿਸਮ ਦੀਆਂ ਅੱਜਕੱਲ ਉਹਨਾਂ ਕੋ ਗੈਜੇਟਸ ਦੇ ਜਿਹੜੇ ਜਿਹੜੇ ਅੱਜਕੱਲ ਐਬੋਨੇਸ਼ਨਸ ਦੇ ਕਿਸੇ ਵੀ ਵਕਤ ਕੋਈ ਕਟੜਾ ਵਾਪਰ ਜਾਂਦੀ ਤੇ ਪੰਜਾਬ ਤੇ ਜੋ ਕਲੰਕ ਲੱਗਣਾ ਸੀ ਉਹ ਅਸੀਂ ਮਿਟਾ ਨਹੀਂ ਸੀ ਸਕਦੇ ਇੱਡੀ ਵੱਡੀ ਘਾਟ ਇੱਡੀ ਵੱਡੀ ਤੇ ਲੈਪਸ ਹੋਦੀ ਇੱਕ ਇਹਦੇ ਤੇ ਗੇਰਦੀ ਹੈ ਆਈ ਓਨਲੀ ਥਿੰਕ ਦ ਹੈਡ ਬਸਟ ਰੋਲ ਜਿੰਨੇ ਵੀ ਇਹ ਉਤਾਈ ਕੀਤੀ ਹੈ ਔਰ ਪਤਾ ਲੱਗਾ ਹੈ ਇਸ ਸਾਜ਼ਿਸ਼ ਦੇ ਤਹਿਤ ਕਈ ਲੋਕਾਂ ਨੇ ਫੋਨ ਕਰਕੇ ਪਿੰਡਾਂ ਦੇ ਵਿੱਚ ਆਪਣੇ ਵਰਕਰਾਂ ਨੂੰ ਦੱਸ ਕੇ ਇਹ ਫਾਬਿਉਲੀ ਨਹੀਂ ਸੀ ਫਾਬਿਉਲੀ ਵਾਲਿਆਂ ਨੇ ਟੀਵੀ ਤੇ ਕਿਹਾ ਵੀ ਸਾਡੀ ਸ਼ਿਕਾਇਤ ਸਾਹਿਬ ਨਾਲ ਗੱਲ ਹੋ ਚੁੱਕੀ ਸੀ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਇਹ ਕੌਣ ਲੋਕ ਸੀ ਕੀ ਸੀ ਇਹ ਉਹਨਾਂ ਨੂੰ ਪਤਾ ਹੋਏਗਾ ਪੁਲਿਸ ਦੇ ਗੱਡੀਆਂ ਢਕੀਆਂ ਬੱਸਾਂ 3340 ਬੱਸਾਂ ਭਾਜਪਾ ਦੇ ਜਿਹੜੇ ਵਰਕਰ ਸੀ ਉਹ ਅਲੱਗ-ਅਲੱਗ ਜਗ੍ਹਾ ਤੋਂ ਚੱਲ ਗਏ ਔਰ ਉਹ ਅਸੀਂ ਕੱਲ ਆਪਣੀ ਪੀਸੀ ਦੇ ਉੱਤੇ 37 ਸੈਕਟਰ ਜਿਹੜਾ ਭਾਜਪੀ ਦਾ ਭਵਨ ਹੈ ਉਨ੍ਹਾਂ ਦੇ ਦਫਤਰ ਚੋਂ ਅਸੀਂ ਰਿਲੀਜ਼ ਕੀਤੀਆਂ ਸਾਰੀਆਂ ਵੀ ਅੱਜ ਤੁਸੀਂ ਵੀ ਕੱਲ ਸਾਰੀਆਂ ਦੇਖਿਆ ਹੋਵੇ ਜਿਹੜਾ ਇਹ ਮਸਲਾ ਪ੍ਰਧਾਨ ਮੰਤਰੀ ਜੀ ਨੂੰ ਉੱਥੇ ਨਾ ਜਾਣਦਾ ਪ੍ਰਧਾਨ ਮੰਤਰੀ ਜੀ ਨੂੰ ਉੱਥੇ ਖੜੇ ਰੱਖਣ ਦਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਹੋਇਆ ਹੈ ਇਹ ਹੋਰ ਮਿਨਿਸਟਰੀ ਹੋਮ ਅਫੇਅਰਸ ਉਹ ਸਾਰੇ ਰੈਕਡ ਕੱਢੇ ਕਿਦੀਆਂ ਕਿਦੀਆਂ ਕਾਲਸ ਹੋਈਆਂ ਕਿਹਨੂੰ ਕਿਹਨੂੰ ਕਾਲਸ ਹੋਈਆਂ ਕਿਦੇ ਕਹਨ ਤੇ ਬੰਦੇ ਭੇਜੇ ਗਏ ਨੇ ਕਿਦੇ ਕਹਿੰਦੇ ਉਸ ਰੂਟ ਜਿਹੜਾ ਪ੍ਰਾਈਮ ਮਿਨਿਸਟਰ ਦਾ ਰੂਟ ਹੋਵੇ ਜਿਸ ਰੂਟ ਤੇ ਕੋਈ ਵੀ ਬੱਦਾ ਚਿੜੀ ਪਾਰ ਨਹੀਂ ਮਾਰ ਸਕਦੀ ਉਸ ਰੂਟ ਦੇ ਉੱਤੇ ਬੱਦੇ ਜਾ ਕੇ ਇਕੱਠੇ ਹੋਏ ਹੁਣ ਇਹ ਬੜੀ ਬੰਦਬਾਗੀ ਚੀਜ਼ ਹੈ ਜਿਹੜੀ ਕਿ ਹੋਮ ਅਫੇਅਰ ਜਿਹੜੇ ਹੈਗੇ ਨੇ ਉਹ ਦੇਖ ਰਹੇ ਉਹ ਸਭ ਬੰਨਾ ਤੇ ਸਵਾਲ ਖੜੇ ਹੋ ਰਹੇ ਆ IB ਕੋਲ ਪਲਪਲ ਦੀ ਇਨਫੋਰਮੇਸ਼ਨ ਹੁੰਦੀ ਹੈ ਕਿ ਕਿਹੜੇ ਦੇਸ਼ ਤੋਂ ਕਿੱਥੇ ਕੀ ਕੁਝ ਚੱਲ ਰਿਹਾ ਹੈ ਕਿਹੜੇ ਥਾਂ ਤੇ ਕਿਹੜੀ ਘਟਨਾ ਵਾਪਰ ਰਹੀ ਹੈ IB ਸੈਂਟਰ ਇਹਨਾਂ ਕੰਮ ਕਰਦੀ ਹੈ SPG ਪ੍ਰਧਾਨ ਮੰਤਰੀ ਦੀ ਸਿਕਿਉਰਟੀ ਦੇ ਵਿੱਚ ਹੈ ਤੇ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਜਦੋਂ ਰਾਜ ਦੇ ਵਿੱਚ ਤੁਹਾਡਾ ਕੋਈ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਜਾਂ ਰਾਸ਼ਟਰਪਤੀ ਆ ਰਿਹਾ ਉਹਨਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਪਰ IB ਦੀ ਵੀ ਬਰਾਬਰ ਜ਼ਿੰਮੇਵਾਰੀ ਹੈ SPG ਦੀ ਵੀ ਬਰਾਬਰ ਜ਼ਿੰਮੇਵਾਰੀ ਹੈ IB ਕੋਲ ਇੰਟਰਨ ਨਹੀਂ ਸੀ ਕਿ ਉੱਥੇ ਪ੍ਰੋਟੈਸਟ ਪੰਜਾਬ ਦੇ ਵਿੱਚ ਚੱਲ ਰਿਹਾ ਹੈ IB ਕੋਲ ਇੰਟਰਨ ਨਹੀਂ ਸੀ ਕਿ ਆਪਾਂ ਨੂੰ ਬਾਈ ਰੂਟ ਜਾ ਤੁਸੀਂ ਬੜੀ ਨਾ ਤੁਹਾਨੂੰ ਸ਼ਾਇਦ ਇਹ ਪਾਰਟिकुलर ਲਾਜ਼ ਔਰ ਉਹਨਾਂ ਦੀ ਲੌਗ ਬੁక్స్ ਔਰ ਬਲੂ ਬੁక్స్ ਬਾਰੇ ਸ਼ਾਇਦ ਨਾ ਪਤਾ ਹੋਵੇ ਆਈਬੀ ਦੀ ਆਈਬੀ ਨੇ ਉਸ ਓਵਰਆਲ ਦੇਖਣਾ ਹੁੰਦਾ ਵੀ ਕੋਈ ਇਸ ਕਿਸਮ ਦੀ ਐਜੀਟੇਸ਼ਨ ਤਾਂ ਨਹੀਂ ਹੋ ਰਹੀ ਹੈ ਕੋਈ ਇਸ ਕਿਸਮ ਤੇ ਲੋਕ ਤਾਂ ਨਹੀਂ ਵੀ ਪ੍ਰਧਾਨ ਮੰਤਰੀ ਦੀ ਵਿਜ਼ਿਟ ਨੂੰ ਸੈਬੋਟੇਜ ਕਰ ਸਕਤੇ ਨੇ ਲੋਕਲ ਇੰਟੈਲੀਜੈਂਸ ਰਿਪੋਰਟਸ ਸਾਨੂੰ ਪੁਲਿਸ ਦਿਆ ਦੱਸਦੀਆਂ ਨੇ एवरीथिंग ਵਾਸ ਕਲੀਅਰ ਸਾਰੀਆਂ ਰਿਪੋਰਟਸ ਜਾ ਚੁੱਕੀਆਂ ਦੀ ਐਸਜੀਪੀਸੀ ਦਾ ਕੰਮ ਹੁੰਦਾ ਹੈ ਆ ਸੌਰੀ ਹਾਂਜੀ ਐਸਪੀਜੀ ਦਾ ਕੰਮ ਹੁੰਦਾ ਵੀ ਪ੍ਰਾਈਮ ਮਿਨਿਸਟਰ ਤੇ ਨਾਲ ਲੈਣਾ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਕਵਰ ਕਰਨਾ ਹੈ ਬਾਕੀ ਜਿਹੜਾ ਕੋਆਰਡਨ ਹੈ ਜਿਹੜਾ ਪੁਲਿਸ ਨੇ ਕਰਨਾ ਹੈ ਜਿਹੜੇ ਉਹ ਸਟੇਟ ਦੀ ਪੁਲਿਸ ਹੈਗੀ ਹੈ ਉਹ ਪੰਜਾਬ ਹਾਂ ਉਹ ਐਸਪੀਜੀ ਤੇ ਕੋਈ ਉਹ ਸਵਾਲ ਨਹੀਂ ਪੁੱਛਦਾ ਕਿਉਂਕਿ ਉਹਨਾਂ ਦੀ ਪ੍ਰੋਟੈਕਸ਼ਨ ਹੈਗੀ ਪ੍ਰਾਈਮ ਮਿਨਿਸਟਰ ਦੀ ਦੇ ਹੈਵ ਡਨ 댓 ਉਹਨਾਂ ਦੀ ਜੌਬ ਉਹਨਾਂ ਨੂੰ ਪ੍ਰੋਟੈਕਟ ਕਰਨਾ ਉਹ ਕਰ ਰਹੇ ਨੇ ਜਿਹੜੀ ਰੂਟ ਨੂੰ ਕਲੀਅਰ ਰੱਖਣਾ ਜਿਹੜੇ ਰੂਟ ਨੂੰ ਸਾਫ ਰੱਖਣਾ ਜਿਹੜੇ ਰੂਟ ਤੇ ਕੋਈ ਆ ਨਾ ਸਕੇ ਉਹ ਰੂਟ ਹੈਗਾ ਸਟੇਟ ਦੀ ਪੁਲਿਸ ਜਿਹੜਾ ਕਿ ਪੰਜਾਬ ਪੁਲਿਸ ਇਹ ਕਰ ਰਹੀ ਸੀ ਇਹ ਮੈਂ ਇਹ ਗੱਲ ਕਰਨਾ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਰਿਪੋਰਟ ਆ ਜਾਣੀ ਹੈ ਇਹ ਇੱਕ ਅੱਧਾ ਦਿਨ ਤੁਸੀਂ ਟੀਵੀ ਤੇ ਆਪਣੇ ਸਵਾਲ ਜਵਾਬ ਕਰ ਲਓ ਜਿੱਦੂ ਵੀ ਜੋ ਕਰਨੇ ਨੇ ਸਾਰੀਆਂ ਰਿਪੋਰਟਰਾਂ ਹੋਮ ਅਫੇਅਰਸ ਵਾਲੇ ਜਿਹੜੇ ਲਹਿਰੇ ਨੇ ਔਰ ਤੁਹਾਡੇ ਸਾਹਮਣੇ ਕਿਦੇ-ਕਿਦੇ ਟੈਲੀਫੋਨ ਸਭ ਕੁਝ ਸਾਰੀ ਕਾਲ ਰਿਕਾਰਡ ਸਭ ਆਕੇ ਦੈਨ ਵੀ ਵਿਲ ਕਮ ਟੂ ਨੋ ਦਾ ਕਰਕਸ ਆਫ ਦਾ ਸਟੋਰੀ ਵੀ ਇਹ ਕਿਉਂ ਹੋਇਆ ਨਹੀਂ ਲੱਗਦਾ ਕਿਉਂਕਿ ਤੁਹਾਡੇ ਆਪਾਜਪਾ ਦੇ ਵੱਡੇ ਆਗੂ ਕਈ ਹੈਗੇ ਬਾਹਰਾਸ਼ਟਰਾ ਤੋਂ ਆਗੂ ਇੱਥੋਂ ਕਿਤਾ ਕਹਿ ਰਹੇ ਕਿ ਮੁੱਖ ਮੰਤਰੀ ਨੂੰ ਫਾਂਸੀ ਤੇ ਲਟਕਾ ਦੋ ਆਗੂ ਤੁਹਾਡੇ ਟਵੀਟਰਾਂ ਹੀ ਕਹਿ ਰਹੇ ਬਹੁਤ ਸਾਰੇ ਆਗੂ ਗਦਾਰੋ ਕੋ ਗੋਲੀ ਮਾਰ ਇਹ ਚੱਲ ਪਈ ਹੈ ਪਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕੌਣ ਲੱਗਦਾ ਕਿ ਸੀਐਮਐਸ ਦੇ ਲਈ ਡਾਇਰੈਕਟਲੀ ਜ਼ਿੰਮੇਵਾਰ ਹੈਗਾ सीएमआर ਨੇ ਹੋ ਸਕਦਾ ਉੱਥੇ ਪ੍ਰੋਟੈਸਟ ਕਰਵਾਇਆ ਹੋਵੇ ਤੁਹਾਨੂੰ ਲੱਗਦਾ ਹੈ ਡਾਇਰੈਕਟਲੀ ਹੋ ਸਕਦਾ ਇਨਵੋਲਵਮੈਂਟ ਉਸਦੇ ਕੁਝ ਵੀ ਹੋ ਸਕਦਾ ਇਹ ਚੀਜ਼ਾਂ ਰਿਪੋਰਟਸ ਸਾਡੇ ਸਾਬ ਨੇ ਜਦੋਂ ਮਿਨਿਸਟਰੀ ਆਫ ਹੋਮ ਅਫੇਅਰਸ ਕਟਿਆ ਕਰੇਗੀ ਸਭ ਕੁਝ ਪੰਜਾਬ ਦੇ ਲੋਕਾਂ ਤੇ ਹਿੰਦੁਸਤਾਨ ਦੇ ਲੋਕਾਂ ਸਾਹਮਣੇ ਨਸ਼ਰ ਕਰਾਂਗੇ ਪਰ ਜੇ ਇਹ ਹੋਇਆ ਹੋਇਆ ਜੇ ਇਸ ਲੈਵਲ ਤੱਕ ਕਾਂਗਰਸ ਦੀ ਸਰਕਾਰ ਨੇ ਕੀਤਾ ਹੋਇਆ ਤੇ ਮੈਂ ਸਮਝਣਾ ਇਸ ਤੋਂ ਮੱਧਪਾਗੀ ਚੀਜ਼ ਦਾ ਹੋ ਸਕਦੀ ਏ ਨਾ ਹੋਏਗੀ ਨਾ ਹੋਣੀ ਚਾਹੀਦੀ ਏ ਇਹ ਬਹੁਤ ਵੱਡਾ ਲੈਪਸ ਹੈ ਬਹੁਤ ਵੱਡਾ ਖਿਲਵਾੜ ਹੈ ਕਿਸੇ ਦੀ ਲਾਈਫ ਦੇ ਨਾਲ ਖੇਡ ਲਾ ਔਰ ਉਹ ਵੀ ਤੁਹਾਡਾ ਪ੍ਰਾਈਮ ਮਿੰისტਰ ਜਿਹੜੀ ਚੇਅਰ ਤੇ ਅਸੀਂ ਸੀਸਣਵਾਨੇ ਆ ਸਾਰੇ ਸਾਡਾ ਫਰਜ਼ ਬੰਦਾ ਆਪਣੇ ਪ੍ਰਾਈਮ ਮਿੰਸਟਰ ਨੂੰ ਇੱਜ਼ਤ ਦਿਈਏ ਮਾਨ ਦਿਈਏ ਸਾਡੇ ਸਟੇਟ ਚ ਆਇਆ ਉਹਨੂੰ ਸਿਰ ਅੱਖਾਂ ਤੇ ਬਿਠਾਈਏ ਠੀਕ ਹੈ ਪੋਲਿਟੀਕਲ ਰੈਲੀਆਂ ਹੋਣ ਗਿਆ ਤੁਹਾਡੀ ਨਹੀਂ ਬੰਦੀ ਤੁਸੀਂ ਜੋ ਮਰਜ਼ੀ ਕਹੋ ਪਰ ਅੱਜ ਉਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਵਰਲਡ ਓਵਰ ਇਹਦਾ ਮੈਸੇਜ ਆਣਾ ਕਿ ਵਰਲਡ ਓਵਰ ਇਹ ਮੈਸੇਜ ਆਏ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੀ ਸੋਚ ਦੀ ਕਿਸਮ ਬਣੇ ਜਾਂਦੀ ਹੈ ਸਾਰੀ ਗੱਲ ਉਹ ਚੀਜ਼ ਹੈ ਕਾਂਗਰਸ ਸਰਕਾਰ ਨੇ ਕਰਕੇ ਵਿਖਾਈ ਹੈ ਬਹੁਤ ਅਫਸੋਸ ਹੈ ਔਰ ਮੈਂ ਸਮਝਦਾ ਇੱਕ ਟਾਈਮ ਆਏਗਾ ਜਦੋਂ ਸਾਡੀ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੀ ਉਹਨਾਂ ਨੂੰ ਲੋਕਾਂ ਸਾਹਮਣੇ ਮਾਫੀ ਮੰਗਣੀ ਪੈਗੀ ਠੀਕ ਹੈ ਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਰਾਜ ਜਿਹੜੇ ਸੁਰੱਖਿਆ ਦਾ ਮੁੱਦਾ ਪੂਰੇ ਦੇਸ਼ ਦੇ ਨਾਲ ਜੁੜਿਆ ਹੋਇਆ ਇਸ 'ਚ ਕੋਈ ਸ਼ੱਕ ਨਹੀਂ ਹੈ ਪਰ ਚਰਨਜੀਤ ਚੰਨੀ ਤਰਕ ਵੀ ਦਿੰਦੇ ਕਿ ਚੀਜ਼ਾਂ ਨੂੰ ਲੈ ਕੇ ਕਿ ਕੋਈ ਹਮਲਾ ਨਹੀਂ ਹੋਇਆ ਪ੍ਰਧਾਨ ਮੰਤਰੀ ਤੇ ਪ੍ਰੋਟੈਸਟ ਕਰ ਰਹੇ ਸੀ ਪਿਛਲੇ 1 ਸਾਲ ਤੋਂ ਬਾਅਦ ਅਚਾਨਕ ਪ੍ਰੋਟੈਸਟਰ ਆ ਗਏ ਹੈ ਤੇ ਇਹ ਵੀ ਕਿਤੇ ਨਾ ਕਿਤੇ ਤਰਕ ਦਿੱਤੇ ਜਾ ਰਹੇ ਕਿ ਮਨਮੋਨ ਸਿੰਘ ਵੀ ਆਏ ਸੀ 2012 ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਹੋਣ ਦੀ ਸੀਗੀ ਪੰਜਾਬ ਦੇ ਵਿੱਚ ਅਕਾਲੀ ਦਲ ਭਾਜਪਾ ਦੀ ਉਹਨਾਂ ਦਾ ਵੀ ਵਿਰੋਧ ਹੋਇਆ ਸੀ ਉਹਨਾਂ ਨੇ ਇਸ ਤਰ੍ਹਾਂ ਰਾਜਨੀਤੀ ਨਹੀਂ ਇਸ ਮੁੱਦੇ ਨੂੰ ਲੈ ਕੇ ਕੀਤੀ ਸੀ ਵਿਰੋਧ ਹੋਇਆ ਸੀ ਕਿੱਥੇ ਹੋਇਆ ਸੀ ਗੋਲਡਨ ਟੈਪ ਇਹ ਉਹਨਾਂ ਨੇ ਤਰਜ਼ ਦਿੱਤੀ ਹੈ ਜੀਐਨਯੂ ਦੇ ਵਿੱਚ ਵੀ ਜੀਐਨਯੂ ਦਿੱਲੀ ਦੇ ਵਿੱਚ ਹੋਇਆ ਸੀ ਉਹਨਾਂ ਨੇ ਬਲੈਕ ਫਲੈਗਸ ਦਿਖਾਈ ਜੀ ਰਾ ਰੋਕਿਆ ਨਹੀਂ ਸੀ ਕਿਸੇ ਨੇ ਸੜਕ ਰੋਕੀ ਨਹੀਂ ਸੀ ਕਿਸੇ ਨੇ ਗੋਲਨ ਟੈਂਪਲ 'ਚ ਵੀ ਹੋਇਆ ਸੀਗਾ ਸਰ ਕਿਸੇ ਚਲੋ ਹੋਇਆ ਹੋਏਗਾ ਲੋਕੋ ਪ੍ਰੋਟੈਸਟ ਕਰ ਕਾਲੀ ਚੱਡੀ ਹੋਵੇ ਡਸਨਟ ਮੈਟਰ ਲੀਡਰਸ ਨੂੰ ਨਾ ਪਰ ਤੁਸੀਂ ਕਿਸੇ ਦੀ ਸੜਕਾਂ ਤੇ ਰੋਕੋ ਉਹਨਾਂ ਨੂੰ ਅੱਗੇ ਨਾ ਜਾਣ ਦਿਓ ਉਹਦਾ ਕੀ ਮਤਲਬ ਹੈ ਔਰ ਇੱਕ ਪ੍ਰਧਾਨ ਮੰਤਰੀ ਨੂੰ ਭਾਈ ਮੈਂ ਪੰਜਾਬ ਦੇ ਜਲੰਧਰ 'ਚ ਖੜਾ ਮੈਨੂੰ ਕੋਈ ਮੇਰੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਕੋਈ ਗੱਲ ਨਹੀਂ ਹੈ ਪਰ ਮੈਂ ਪਾਕਿਸਤਾਨ ਦੇ ਬਾਰਡਰ ਤੇ ਖੜਾ ਉਹ ਵੀ ਤੁਸੀਂ ਸਮਝ ਦਿਓ ਕਿ ਨਹੀਂ ਵੀ ਸਾਡਾ ਪਾਕਿਸਤਾਨ ਨਾਲ ਸਾਡੇ ਸੰਬੰਧ ਕਿ ਹੋ ਜੇ ਨੇ ਤੇ ਜੇ ਇਹ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਇਸ ਕਰਕੇ ਕਰ ਰਿਹਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਾਲ ਹੋਈਆਂ ਨੇ ਕੋਈ ਛੋਟੀ ਗੱਲ ਨਹੀਂ ਇਹ ਵਰਲਡ ਓਵਰ ਸਾਰੀ ਦੁਨੀਆ 'ਚ ਇਸ ਚੀਜ਼ ਦਾ ਮੈਸੇਜ ਆਦਾ ਹੈ ਤਾਂ ਮੈਂ ਸਮਝਣਾ ਵੀ ਗੁਰੂ ਮਹਾਰਾਜ ਕਰੇ ਇਹੋ ਜੀ ਗੱਲ ਨਾ ਨਿਕਲੇ ਬਹੁਤ ਅੱਛੀ ਗੱਲ ਹੈ ਪਰ ਜੇ ਇਹ ਗੱਲ ਹੋਏਗੀ ਤਾਂ ਬਹੁਤ ਮਾੜੀ ਗੱਲ ਹੈ ਬਸ ਅਸੀਂ ਤੇ ਇਹ ਗੱਲ ਕਹਿਣਾ ਚਾਹਦੇ ਆਂ ਵੀ ਇਹ ਸੀ ਦਾ ਸਾਰਾ ਲੇਖਾ ਜੋਖਾ ਤੁਹਾਡੇ ਸਾਹਮਣੇ ਸਾਰਿਆਂ ਦੇ ਬਾਹਰ ਆ ਜਾਵੇ ਠੀਕ ਹੈ ਤੁਸੀਂ ਆ ਗੱਲ ਦਿਖਾਈਆਂ ਵੀ ਰੈਲੀ ਦੇ ਵੀ ਫੋਟੋ ਫੋਟੋ ਕਿਵੇਂ ਕਈ ਲੋਕ ਇਹ ਵੀ ਤਰਕ ਦੇ ਰਹੇ ਆ ਕਿ ਰੈਲੀ ਕਰਨਾ ਹੀ ਨਹੀਂ ਚਾਹੁੰਦੇ ਸੀ ਨਰਿੰਦਰ ਮੋਦੀ ਉੱਥੇ ਕਿਉਂਕਿ ਜਿੱਥੇ ਇੱਥੇ ਭਾਜਪਾ ਦੀ ਰੈਲੀ ਹੁੰਦੀ ਸਭ ਤੋਂ ਵੱਡੇ ਇੰਤਿਜ਼ਾਮ ਕੀਤੇ ਜਾਂਦੇ ਆ ਵਾਟਰ ਪ੍ਰੂਫ ਟੈਂਟ ਲੱਗ ਜਾਂਦੇ ਹੁੰਦੇ ਪ੍ਰੈਡਿਕਸ਼ਨ ਸੀ ਕਿ ਬਾਰਿਸ਼ ਹੋਣੀ ਹੈ ਕੋਈ ਵਾਟਰ ਪ੍ਰੂਫ ਟੈਂਟ ਨਹੀਂ ਸੀ 2 ਦਿਨ ਪਹਿਲਾਂ ਬੱਸਾਂ ਚੱਲੀ ਜਾਂਦੀਆਂ ਤੇ ਕੋਈ 2 ਦਿਨ ਪਹਿਲਾਂ ਬੱਸਾਂ ਨਹੀਂ ਗਈਆਂ ਕਿਉਂਕਿ ਵਾਟਰ ਪ੍ਰੂਫ ਟੈਂਟ ਇਸ ਨੂੰ ਲੈ ਕੇ ਵੀ ਤਰਕ ਦਿੱਤੇ ਜਾ ਰਹੇ ਕਿ ਰੈਲੀ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਕਿਤੇ ਨਾ ਕਿਤੇ ਬਾਕੀ ਦੇਸ਼ ਦੇ ਵਿੱਚ ਧਰੂਵੀਕਰਨ ਹੋ ਜੇ ਵੋਟ ਦਾ ਵੋਟ ਬੈਂਕ ਦਾ Hindu ਵੋਟ ਬੈਂਕ ਉੱਪਰ ਅਸਰ ਪੈਂਦਾ ਸੀਗਾ ਕਿਤੇ ਨਾ ਕਿਤੇ ਤਾਂ ਕਰਕੇ ਸਭ ਕੀਤਾ ਗਿਆ ਬੇਬੁਨਿਆਦ ਗੱਲਾਂ ਨੇ ਜੇ ਉਹ ਰੈਲੀ ਨਾ ਹੀ ਰੱਖਦੇ ਤੇ ਕੀ ਸੀ ਉੱਥੇ ਮੱਥ ਆਪਣੇ ਜਿਹੜੇ ਪ੍ਰੋਜੈਕਟਸ ਦੇਨੇ ਸੀ ਉਹ ਕਰਾ ਦੇ ਤੇ ਫਿਰ ਕੀ ਸੀ ਇਹ ਗੱਲਾਂ ਵੀ ਉਹ ਕਰਨਾ ਨਹੀਂ ਸੀ ਚਾਹਦੇ ਉਹ ਵਾਟਰ ਪ੍ਰੂਫਿੰਗ ਨਹੀਂ ਕੀਤੀ ਔਰ 3400 ਬੱਸਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਹਾਂ ਬਿਲਕੁਲ ਹਾਂ ਉਹ ਕੱਲ ਤੁਹਾਨੂੰ ਸਾਰਾ ਕੁਝ ਵਿਖਾ ਰਹੇ ਆ ਵੀ ਕਿੱਥੇ ਜਿਹੜੇ ਆਪਣੇ ਵਰਕਰਸ ਨੇ ਉਹ ਲੜਨ ਦੇ ਨੇ ਪੁਲਿਸ ਵਾਲਿਆਂ ਨਾਲ ਔਰ ਰੋਕ ਕੌਣ ਰਿਹਾ ਪੁਲਿਸ ਕਿ ਕਿਸਾਨ ਦੇ ਰੋਕ ਹੀ ਨਹੀਂ ਰਹੇ ਕੋਈ ਕਿਸਾਨ ਨਾ ਕਿਤੇ ਕੋਈ ਵੇਖੀ ਹੈ ਕਿਸੇ ਦੀ ਵੀ ਨਹੀਂ ਜੀ ਤੁਹਾਨੂੰ ਜਾਣ ਨਹੀਂ ਦੇਣਾ ਇਸ ਕਰਕੇ ਇਹਨਾਂ ਦੀ ਜਿਹੜੀ ਸ਼ੰਕਾ ਜਿਹੜੀ ਪੈਦਾ ਹੋ ਰਹੀ ਹੈ ਇਸ ਕਰਕੇ ਹੋ ਰਹੀ ਹੈ ਵੀ ਪੁਲਿਸ ਦੇ ਜੇਕਰ ਗਵਰਨਮੈਂਟ ਦੇ ਕਹਿੰਤੇ ਇਹ ਕੀਤਾ ਸਟੇਟ ਗਵਰਨਮੈਂਟ ਦੇ which is a very bad thing ਇਹ ਚੀਜ਼ ਹੋਣੀ ਨਹੀਂ ਚਾਹੀਦੀ ਬਿਕਾਜ਼ ਯੂ ਆਰ ਸਰਵਿੰਗ ਦ ਗਵਰਨਮੈਂਟ ਤੁਸੀਂ ਗਵਰਨਮੈਂਟ ਦੇ ਆਰਡਰ ਲੈਣੇ ਨੇ ਯੂ ਆਰ ਇਨ ਦ ਇਨ ਦ ਯੂਨੀਫਾਰਮ ਤੁਸੀਂ ਇੱਕ ਪ੍ਰਾਈਮ ਮਿਨਿਸਟਰ ਨਾਲ ਇਸ ਕਿਸਮ ਦਾ ਸਲੂਕ ਕਰੋਗੇ ਇਹ ਇੱਕ ਅੱਛਾ ਮੈਸੇਜ ਨਹੀਂ ਕਿਹਾ ਇਹ ਪੰਜਾਬ ਦੇ ਵਿੱਚ ਅਸੀਂ ਇਹ ਜਿਹੜੀ ਮੌਜੂਦਾ ਇਥੋਂ ਦੀ ਸਰਕਾਰ ਹੈ ਜਿਹੜੀ ਕੁਝ ਚਾ ਦਿਨ ਦੋ ਚਾਰ ਦਿਨਾਂ ਦੀ ਰਹਿ ਗਈ ਹੈ ਉਸ ਨੇ ਜੇ ਇਹ ਗੱਲ ਕੀਤੀ ਹੋਏਗੀ ਜਾਂ ਇਹ ਗੱਲ ਨਜ਼ਰ ਆਈ ਤੇ ਦੈਨ ਇਟ ਵਿਲ ਬੀ ਇਟਸ ਅ ਵੈਰੀ 빅 ਥਿੰਗ ਆ ਜਸ ਫਰ ਮੈਨ ਜਿਕਰ ਉਹ ਤਰਕ ਵੀ ਇਹ ਵੀ ਦਿੰਦੇ ਆ ਕਿ ਪੰਜਾਬ ਇਸ ਵਕਤ ਵਿੱਤੀ ਸੰਕਟ ਚੱਲ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਥੇ ਆਉਣਾ ਸੀਗਾ ਸਾਨੂੰ ਬਹੁਤ ਵੱਡਾ ਕੁਛ ਨਾ ਕੁਛ ਦੇ ਕੇ ਜਾਣਾ ਸੀਗਾ ਪੰਜਾਬ ਵਿੱਤੀ ਸੰਕਟ ਚੋਂ ਨਿਕਲ ਸਕਦਾ ਸੀਗਾ ਤਾਂ ਅਸੀਂ ਕਿਉਂ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਪੰਜਾਬ ਆ ਕੇ ਪੰਜਾਬ ਨੂੰ ਕੁਝ ਦੇ ਕੇ ਜਾਈਏ ਇਹੋ ਹੀ ਸਵਾਲ ਤੇ ਅਸੀਂ ਕਾਂਗਰਸ ਦੇ ਇਹ ਸਰਕਾਰ ਨੂੰ ਪੁੱਛ ਰਹੇ ਆ ਵੀ ਜੇ ਅੱਜ ਪ੍ਰਧਾਨ ਮੰਤਰੀ ਜੀ ਆਂਦੇ 42000 ਕਰੋੜ ਦੇ ਤੁਸੀਂ 5 ਸਾਲਾਂ ਦੇ ਵਿੱਚ 82 ਕੇ 83000 ਕਰੋੜ ਰੁਪਏ ਦੇ ਸਿਰਫ ਇਹਨਾਂ ਨੇ ਇੰਡਸਟਰੀ ਲਈਏ ਪੰਜਾਬ ਦੇ ਵਿੱਚ ਜਿਹੜੀ ਆਈ ਹੈ ਤੇ ਤੁਹਾਨੂੰ ਸਿਰਫ ਇੱਕ ਵਿਜ਼ਿਟ ਦੇ ਵਿੱਚ ਉਹ 42000 ਕਰੋੜ दैट इज ऑलमोस्ट ਅਧਰ ਤੁਹਾਨੂੰ ਭਾਰਤ ਸਰਕਾਰ ਦੇ ਕੇ ਜਾਰੀ ਹੈ ਉਹਦਾ ਤੁਹਾਨੂੰ ਫਾਇਦਾ ਹੋਣਾ ਸੀ ਕਿ ਨੁਕਸਾਨ ਹੋਣਾ ਸੀ ਫਾਇਦਾ ਹੀ ਹੋਣਾ ਸੀ ਨਾ ਜੀ ਜੇ ਉਹਦਾ ਫਾਇਦਾ ਹੋਣਾ ਸੀ ਜਿਹੜੇ ਕਿਸਾਨਾਂ ਲਈ ਕੋਈ ਉਹਨਾਂ ਨੇ ਅਨਾਨਸਮੈਂਟਸ ਕਰ ਰਹੀਆਂ ਸੀ ਜਿਹੜਾ ਕੋਈ ਇੰਡਸਟਰੀ ਲਈ ਉਹਨਾਂ ਅਨਾਉਂਸਮੈਂਟ ਕਰ ਰਹੀਆਂ ਸੀ ਜਿਹੜਾ ਕਿ ਵਪਾਰੀਆਂ ਲਈ ਉਹਨਾਂ ਨੇ ਅਨਾਉਂਸਮੈਂਟ ਕਰਦੀ ਉਹ ਇਹਨੇ ਕਰਨ ਹੀ ਨਹੀਂ ਦਿੱਤੀ ਉਹਦਾ ਨੁਕਸਾਨ ਕਿਹਨੂੰ ਹੋਇਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬਿਜ਼ਨਸ ਨੂੰ ਪੰਜਾਬ ਦੀ ਇੰਡਸਟਰੀ ਨੂੰ ਆਫਟਰ ਆਲ ਜਦੋਂ ਪ੍ਰਾਈਮ ਮਿਨਿਸਟਰ ਆਦੇ ਆ ਤੁਹਾਨੂੰ ਕੋਈ ਸਟੇਟ ਨੂੰ ਦੇਖ ਹੀ ਜਾਂਦੇ ਨੇ ਨਾ ਉਹ ਦੇਣਾ ਸੀ ਉਹ ਦੈਟ ਵਾਸ ਅ 빅 ਰੀਲੀਜ਼ ਵਿਚ ਹੀ ਵਾਂਟਿਡ ਟੂ ਗਿਵ ਇਟ ਟੂ ਪੀਪਲ ਆਫ ਪੰਜਾਬ ਪਰ ਉਹ ਮੈਂ ਕਹਿੰਦਾ ਵੀ ਸਾਰੇ ਨਾਲ ਵੱਡਾ ਸਾਡਾ ਪੰਜਾਬ ਦੇ ਲੋਕਾਂ ਨੂੰ ਘਾਟਾ ਪਿਆ ਇਸ ਚੱਡੀ ਸਰਕਾਰ ਦਾ ਵੀ ਇਹਨਾਂ ਨੇ ਪ੍ਰਧਾਨ ਮੰਤਰੀ ਨਾਲ ਜੋ ਛੜਿਆੰਤਰ ਕੀਤਾ ਜੋ ਉਹਨਾਂ ਦਾ ਸਕਿਉਰਿਟੀ ਲੈਪਸ ਕਰਾਇਆ ਉਹ ਸਿਰਫ ਤੇ ਸਿਰਫ ਇਹ ਇਸ ਕਰਕੇ ਸੀ ਵੀ ਭਾਜਪਾ ਕਿਤੇ ਪੰਜਾਬ ਵਿੱਚ ਤਾਕਤ ਨਾ ਫੜ ਜਾਏ ਭਾਜਪਾ ਕਿਤੇ ਪੰਜਾਬ ਦੇ ਵਿੱਚ ਅਗਲੀ ਸਰਕਾਰ ਨਾ ਬਣਾ ਲੇ ਉਹ ਤੁਹਾਨੂੰ ਤੇ ਕਾਮੇਡੀ ਆਫ ਸਰਕਸ ਵਾਲਿਆਂ ਨੂੰ ਤੇ ਲੋਕ ਬਾਹਰ ਦਾ ਰਸਤਾ ਵਖਾਣ ਲੱਗੇ ਨੇ ਆਜੋਗੇ ਤੁਸੀਂ 14 15 ਸੀਟਾਂ ਤੇ ਜੋ ਤੁਹਾਡੇ ਪਾਵਰ ਸੈਂਟਰਸ ਬਣੇ ਨੇ ਤੁਸੀਂ ਕੋਈ ਕੋਈ ਟਿਕਟ ਦਿੰਦਾ ਫਿਰਦਾ ਕੋਈ ਚਾਰ ਪਾਵਰ ਸੈਂਟਰ ਬਣੇ ਨੇ ਯਾਰ ਕਮਾਲ ਹੋ ਗਈ ਹੈ ਤੁਸੀਂ ਪੰਜਾਬ ਨੂੰ ਕਿਸ ਕਦਰ ਤੇ ਕਿਹੜੇ ਬੰਦੇ ਲੈ ਕੇ ਚਲੇਗੇ ਤੋਂ ਅੱਜ ਪੰਜਾਬ ਨੂੰ ਇੱਕੋ ਤੇ ਇੱਕੋ ਪਾਰਟੀ ਬਚਾ ਸਕਦੀ ਹੈ ਉਹ ਹੈਗੀ ਹੈ ਬੀਜੇਪੀ ਯੂ ਹੈਵ ਵੈਰੀ ਸਟਰਨ ਲੀਡਰਸ਼ਿਪ ਔਰ 보ਦੀ ਸਾਹਿਬ ਐਸ ਪ੍ਰਾਈਮ ਮਿਨਿਸਟਰ ਅਮਿਤ ਸ਼ਾਹ ਜੀ ਐਸ ਹੋਮ ਮਿਨਿਸਟਰ ਲੱਡਾ ਜੀ ਐਸ देयर ਪਾਰਟੀ ਪ੍ਰੈਜ਼ੀਡੈਂਟ ਨੈਸ਼ਨਲ ਪਾਰਟੀ ਪ੍ਰੈਜ਼ੀਡੈਂਟ ਸਾਰੀ ਟੀਮ ਜਿਹੜੀ ਉਹਨਾਂ ਦੀ ਹੈ ਐਕਸਲੈਂਟ ਕੰਮ ਕਰਦੀ ਹੈ ਔਰ ਜੋ ਹਿੰਦੁਸਤਾਨ ਵਿੱਚ ਉਹਨਾਂ ਦੇ ਥੱਲੇ ਸੈਂਟਰ ਦੀ 8 ਸਾਲ ਹੋ ਗਏ ਸਰਕਾਰ ਚੱਲਦੀ ਇੱਕ ਵੀ ਕੇਸ ਕਿਸੇ ਤੇ ਕੋਈ ਕ腐ਸ਼ਨ ਦਾ ਕਿਸੇ ਤੇ ਕੋਈ ਉਂਗਲ ਦਾ ਕਿਸੇ ਤੇ ਕੋਈ ਸਕੈਮ ਦਾ ਆਇਆ ਹੋਏ ਤੇ ਦੱਸੋ ਜਦੋਂ ਜਦੋਂ ਕਾਂਗਰਸ ਰਹੀ ਹੈ ਸਕੈਮਾ ਦੀ ਪਾਰਟੀ ਬਣ ਕੇ ਨਿਕਲੀ ਹੈ ਲੋਕਾਂ ਨੇ ਇਹਨਾਂ ਨਕਾਰਿਆ ਜਿੱਥੇ ਜਿੱਥੇ ਕਾਂਗਰਸ ਖਤਮ ਹੋਈ ਹੈ ਦੁਬਾਰਾ ਨਹੀਂ ਆਈ ਅੱਜ ਯੂਪੀ ਚ ਕਾਂਗਰਸ 1980 ਦੀ ਖਤਮ ਹੋਈ ਹੈ ਅੱਜ ਕਿੰਨੇ ਸਾਲ ਹੋ ਗਏ ਨੇ ਤਕਰੀਬਨ 30 ਸਾਲ 30 ਤੋਂ ਵੀ ਵੱਧ ਕਾਂਗਰਸ ਨੂੰ ਥਿਆਈ ਵੇਖੜੂ ਨਹੀਂ ਮਿਲਦੀ ਗਾਂਧੀ ਜੀ ਦੀਆਂ ਦੋ ਸੀਟਾਂ ਆਂਦੀਆਂ ਸੋਡੀਆਂ ਤੇ ਰਾਹੁਲ ਹੋ ਰਹੇ ਉਹ ਵੀ ਇੱਕ ਰਹਿ ਗਈ ਤੁਸੀਂ ਦੱਸੋ ਜਿਹੜਾ ਪਾਰਟੀ ਦਾ ਪ੍ਰੈਜ਼ੀਡੈਂਟ ਹੋਏ ਉਹ ਰਾਹੁਲ ਗਾਂਧੀ ਜੀ ਉਹ ਦੋਸਤ ਵਾਈਸ ਪ੍ਰੈਜ਼ੀਡੈਂਟ ਉਹ ਹੀ ਆਪਣੀ ਸੀਟ ਹਾਰ ਜਾਣ ਤੇ ਫਿਰ ਕੀ ਇਹ ਦੋਸਤਾਂ ਨੂੰ ਕਿ ਕੀ ਲੋਕਾਂ ਨੂੰ ਇਹ ਦੱਸਣਗੇ ਵੀ ਮੈਂ ਕਿ ਤੂੰ ਕਰਲਾ ਤੂੰ ਜਾ ਕੇ ਦਿੱਤੇ ਕਰਲਾ ਤੂੰ ਬੰਦਾ ਸਭ ਤੁਸੀਂ ਕਿਹਾ ਛੜੇਂਤਰ ਰਚਿਆ ਗਿਆ ਕਿ ਪ੍ਰਧਾਨ ਮੰਤਰੀ ਦਾ ਨਾਮ ਨਾ ਹੋ ਜਾ ਜਾ ਭਾਜਪਾ ਦਾ ਨਾਮ ਨਾ ਹੋ ਜਾ ਕਿ ਪੰਜਾਬ ਦਾ ਭਲਾ ਹੋਇਆ ਕੀ ਮਤਲਬ ਆਪਾਂ ਇਹ ਸਮਝੀਏ ਕਿ ਭਾਜਪਾ ਕਾਂਗਰਸ ਪਾਰਟੀ ਦੀ ਚਾਲ ਅੱਗੇ ਫੇਲ ਹੋ ਗਈ ਹੈ ਤੇ ਹੁਣ ਪੰਜਾਬ ਦਾ ਭਲਾ ਨਹੀਂ ਹੋਊਗਾ ਪੰਜਾਬ ਦਾ ਭਲਾ ਤਾਂ ਜ਼ਰੂਰ ਹੋਏਗਾ ਕਿਉਂਕਿ ਪ੍ਰਧਾਨ ਮੰਤਰੀ ਜੀ ਬਹੁਤ ਮੈਗਨੇਨਿਮਸ ਬੜੇ ਵੱਡੇ ਦਿਲ ਵਾਲੇ ਨੇ ਅਸੀਂ ਦੁਬਾਰਾ ਉਹਨਾਂ ਨੂੰ ਪੰਜਾਬ 'ਚ ਲੈ ਕੇ ਆਵਾਂਗੇ ਦੁਬਾਰਾ ਲੈ ਕੇ ਆਵਾਂਗੇ ਔਰ ਇਨਸ਼ੋਰ ਕਰਾਂਗੇ ਕਿ ਪਿਛਲੀ ਵਾਰ ਚੋਣ ਜਾਬਤਾ ਲਗਤ ਦੋ ਚੋਣ ਜਾਬਤੇ ਬਾਅਦ ਪ੍ਰਧਾਨ ਮੰਤਰੀ ਜੀ ਆਣਗੇ ਪੰਜਾਬ ਨੂੰ ਬਹੁਤ ਕੁਝ ਦੇਖੇ ਜਾਣਗੇ ਔਰ ਅਸੀਂ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਦੀ ਖੁਸ਼ਹਾਲੀ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜੋ ਅੱਜ ਚੱਲ ਰਹੀ ਹੈ ਉਸ ਨੂੰ ਸਵਾਰਨ ਲਈ ਉਸ ਨੂੰ ਠੀਕ ਕਰਨ ਲਈ ਤੁਹਾਨੂੰ ਅੱਜ ਭਾਜਪਾ ਦੀ ਸਰਕਾਰ ਬਣਨੀ ਪੰਜਾਬ ਚ ਬਹੁਤ ਜ਼ਰੂਰੀ ਹੈ ਤੁਹਾਡੀ ਮਲਟੀ ਫੋਕਸ ਮਲਟੀ ਫੇਸ ਜਿਹੜੀ ਡਿਵੈਲਪਮੈਂਟ ਹੈ ਉਹ ਪੰਜਾਬ ਦੀ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਬਾਹਰਲੇ ਹੁਣ ਵੱਡੇ ਵੱਡੇ ਹਾਈਵੇਜ਼ ਦੇਖੋ ਜਿਹੜੇ ਸਟੇਟ ਸਾਡੇ ਚੋਂ ਨਿਕਲੇ ਨੇ ਇਹ ਮਾਚ ਹਰਿਆਣਾ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਣਾ ਸ਼ੁਰੂ ਹੋ ਗਿਆ ਸਾਡੀ ਪੰਜਾਬ ਚ ਦੋ ਸਟੇਟਾਂ ਬਣੀਆਂ ਨੇ ਤਾਂ ਸਾਨੂੰ ਆਜ ਜ਼ਰੂਰਤ ਹੈ ਸੋਲਿਡ ਸਰਕਾਰ ਲਿਆਂਦੀ ਔਰ ਤਾਂ ਹੀ ਪੰਜਾਬ ਗਰੂ ਕਰੇਗਾ ਪੰਜਾਬ ਦੇ ਬੱਚੇ ਜਿਹੜੇ ਬਾਹਰਲੇ ਮੁਲਕਾਂ ਚ ਨਹੀਂ ਜਾਣਗੇ ਇੱਥੇ ਨੌਕਰੀਆਂ ਮਿਲਣ ਗਿਆ ਐਂਡ ਪੰਜਾਬ ਊਡ ਬੀ ਔਰ ਅ ਡਿਫਰੈਂਟ ਟਰੈਕ ਇਫਟਰ 2022 ਠੀਕ ਉਹ ਬਸ਼ੀਰ ਥੈਂਕ ਯੂ ਤਾਂ ਪੰਜਾਬ 2022 ਦੇ ਬਾਅਦ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਹੋਵੇਗਾ ਪੰਜਾਬ ਦੇ ਵਿੱਚ ਕਹਿੰਦੇ ਭਾਜਪਾ ਦੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ ਕੈਮਰਾ ਪਰਸਨ ਪ੍ਰਦੀਪ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼